वाहेगुरु जी जी का खालसा वाहेगुरु जी की फतेह। ਜਾਣਕਾਰੀ ਅੱਜ ਤੁਹਾਨੂੰ ਅਸੀਂ ਹੋਰ ਸਾਂਝੀ ਕਰਨ ਲੱਗੇ ਹਾਂ ਤੁਹਾਡੇ ਨਾਲ। ਅਸੀਂ ਮਨੁੱਖਤਾ ਦੀ ਸੇਵਾ ਤੋਂ ਸੁਸਾਇਟੀ ਸੰਸਥਾ ਤੋਂ ਬੋਲਦੇ ਹਾਂ। ਤੁਸੀਂ ਪਿੱਛੇ ਹੁਣੇ ਘੰਟਾ ਪਹਿਲਾਂ ਲਾਈਵ ਹੋਏ ਸੀ ਅਸੀਂ, ਅਤੇ ਤੁਸੀਂ ਸਾਰੇ ਵੀਰਾਂ ਨੇ ਅਤੇ ਭੈਣਾਂ ਨੇ ਦੇਖਿਆ ਵੀ ਹੋਊਗਾ, ਅਸੀਂ ਦੁਬਾਰਾ ਲਾਈਵ ਹੋਏ ਹਾਂ। ਅਤੇ ਇਹ ਬਾਬਾ ਜੀ ਨੂੰ ਵੀਰ ਸਾਡੇ ਪੁਰਾਣੇ ਜਾਣਕਾਰ ਆ ਅਮਨ ਮੈਨੀ ਜੀ ਆ ਫਿਰੋਜ਼ਪੁਰ ਤੋਂ, ਅਤੇ ਆ ਹਰਦੀਪ ਖੜਾ ਵੀਰ, ਅਤੇ ਇਹ ਵੀ ਫਿਰੋਜ਼ਪੁਰ ਤੋਂ ਸਾਡੀ ਟੀਮ ਜਿਹੜੀ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਰੋ। ਇਹ ਵੀਰ ਅਮਿਤਾ ਜੀ ਵੀ ਫਿਰੋਜ਼ਪੁਰ ਤੋਂ ਆਇਆ, ਪਾਲ ਆ ਜੀ ਅਤੇ ਵੀਰ ਜੀ ਆਪਣੇ ਬਰਵਾਲੇ ਪਿੰਡ ਤੋਂ ਆਇਆ ਵੀਰ, ਅਤੇ ਇੱਦਾਂ ਹੀ ਸੱਚੇ ਪਾਤਸ਼ਾਹ ਵੀ ਸਾਰੇ ਅੱਜ ਅਸੀਂ ਇਕੱਠੇ ਹੋਏ ਹੋਏ ਹਾਂ। ਇਹ ਬਾਬਾ ਜੀ ਨੂੰ ਅਤੇ ਵੀਰ ਲੈ ਕੇ ਆਏ ਆ ਸਾਡੇ ਕੋਲ ਅਮਨ ਮੈਂ ਅਤੇ ਵੀਰ ਜੀ ਤੁਹਾਡਾ ਕੀ ਨਾਮ? ਨਰਿੰਦਰ ਸਿੰਘ ਵੀਰ ਜੀ। ਇਹ ਵੀਰ ਦਾ ਸਭ ਤੋਂ ਵੱਡਾ ਉਪਰਾਲਾ ਜੀ ਇਸ ਟਾਈਮ, ਜਿਹੜੇ ਕਰਕੇ ਅਸੀਂ ਦੁਬਾਰਾ ਲਾਈਵ ਹੋਏ ਹਾਂ। ਇਹ ਬਾਬਾ ਜੀ ਵੀਰ ਨੂੰ ਸ਼ੁੱਕਰਵਾਰ ਨੂੰ 31 ਮਾਰਚ ਵਾਲੀ ਰਾ ਸ਼ਾਮ ਦਿਨੇ ਕਿੰਨੇ ਕੁ ਵਜੇ ਮਿਲੇ? 10-11 ਵਜੇ ਦੇ ਕਰੀਬ ਟ੍ਰੇਨ 'ਤੇ ਆਪਦੇ ਮੰਮੀ ਨੂੰ ਵੀਰ ਜੀ ਲੈਣ ਗਏ ਸੀਗੇ, ਅਤੇ ਉੱਥੇ ਸਟੇਸ਼ਨ 'ਤੇ ਬਾਬਾ ਜੀ ਮਿਲੇ। ਉਹਨਾਂ ਨੂੰ ਬੜੀ ਕਾਫੀ ਮਾੜੀ ਹਾਲਤ ਦੇ ਵਿੱਚ ਸੀ। ਬਾਬਾ ਜੀ ਦੇ ਹੱਥ ਪੈਰ ਹੁਣ ਵੀ ਤੁਸੀਂ ਦੇਖ ਸਕਦੇ ਹੋ, ਕਿੱਡੇ ਕਿੱਡੇ ਸੁੱਜੇ ਹੋਏ ਆ ਹਜੇ ਵੀ ਸੋਜ, ਬਹੁਤ ਹੀ ਗੰਦੀ ਹਾਲਤ ਦੇ ਵਿੱਚ ਸੀ। ਜਿਵੇਂ ਕਾਫੀ ਦਿਨਾਂ ਤੋਂ ਬਾਬਾ ਜੀ ਨਹਾਤੇ ਨਹੀਂ ਹੁੰਦੇ ਜਾਂ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਬਾਬਾ ਜੀ ਮਿਲੇ। ਤੁਸੀਂ ਦੇਖ ਸਕਦੇ ਹੋ ਗੁਰਸਿੱਖ ਬਜ਼ੁਰਗ ਨੇ, ਚੰਗੇ ਵਧੀਆ ਪਰਿਵਾਰ ਨੂੰ ਬਿਲੋਂਗ ਕਰਦੇ ਆ। ਬਾਬਾ ਜੀ ਦੀ ਬੋਡੀ ਲੈਂਗੁਏਜ ਦੱਸਦੀ ਹੈ, ਕੱਪੜੇ ਪਾਉਣ ਦਾ ਸਟਾਈਲ, ਬਹਿਣ ਦਾ ਸਟਾਈਲ। ਬਾਬਾ ਜੀ ਥੋੜ੍ਹਾ ਪਿੱਛੇ ਨੂੰ ਢੋ ਲਾ ਕੇ ਬਹਿ ਲਓ। ਅਤੇ ਬਾਬਾ ਜੀ ਜਿਹੜੀ ਕਿ ਆਹ ਕੱਪੜੇ ਬਾਬਾ ਜੀ ਦੇ ਸਾਰੇ ਬੈਗ ਦੇ ਵਿੱਚੋਂ ਨਿਕਲਿਆ, ਹੋਰ ਵੀ ਇੱਦਾਂ ਦੇ ਕਾਫੀ ਸੂਟ ਪ੍ਰੈਸ ਕੀਤੇ ਹੋਏ ਵਧੀਆ ਤਰੀਕੇ ਨਾਲ ਕੱਪੜੇ ਬਾਬਾ ਜੀ ਦੇ ਕੋਲ ਹੈਗੇ ਸੀ। ਅਤੇ ਬਾਬਾ ਜੀ ਦੱਸਦੇ ਮੈਂਟਲੀ ਥੋੜ੍ਹੀ ਕੰਡੀਸ਼ਨ ਠੀਕ ਨਾ ਹੋਣ ਕਰਕੇ ਕਾਫੀ ਗੱਲਾਂ ਇੱਦਾਂ ਦੱਸ ਰਿਹਾ, ਅਗੜੀਆਂ ਦੁਗੜੀਆਂ ਜਿਹੜੇ ਪਤਾ ਨਹੀਂ ਲੱਗਦੀਆਂ, ਮੈਚ ਨਹੀਂ ਕਰਦੀਆਂ ਆਪਸ ਵਿੱਚ ਕਾਫੀ ਗੱਲਾਂ। ਅਤੇ ਇਹ ਵੀਰ ਨੇ 3 ਦਿਨਾਂ ਤੋਂ ਬਜ਼ੁਰਗ ਦੀ ਪੂਰੀ ਸੇਵਾ ਸੰਭਾਲ ਕੀਤੀ, ਆਪਦੇ ਘਰ 'ਚ ਲੈ ਕੇ ਗਏ ਇਹਨਾਂ ਨੂੰ, ਉੱਥੇ ਘਰੇ ਰੱਖਿਆ, ਬਾਬਾ ਜੀ ਦੇ ਪਰਿਵਾਰ ਬਾਰੇ ਪਤਾ ਪਛੋਕੜ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਪਤਾ ਨਹੀਂ ਲੱਗਿਆ। ਪਰ ਇੱਕ ਰਿਸ਼ਤੇਦਾਰ ਬਾਰੇ ਬਾਬਾ ਜੀ ਨੇ ਇਹਨਾਂ ਨੂੰ ਦੱਸਿਆ, ਫਰੀਦਕੋਟ ਤੋਂ ਬਾਬਾ ਜੀ ਦੇ ਕੋਈ ਰਿਸ਼ਤੇਦਾਰ ਸੀਗੇ, ਵੀ ਬਾਬਾ ਜੀ ਨੇ ਜੋ ਦੱਸਿਆ ਮੈਂ ਉਹਨਾਂ ਨੂੰ ਮੈਨੂੰ ਜਾਣਦੇ, ਮੈਂ ਮਿਲਣਾ ਚਾਹੁੰਦਾ। ਉੱਥੇ ਵੀਰ ਫਿਰ ਅੱਜ ਫਰੀਦਕੋਟ ਲੈ ਕੇ ਗਿਆ ਬਾਬਾ ਜੀ ਨੂੰ ਗੱਡੀ ਦੇ ਵਿੱਚ, ਤਾਂ ਉੱਥੇ ਅੱਜ ਮਿਲ ਕੇ ਵੀ ਆਇਆ ਇਹ। ਉਹ ਕੀ ਵੀਰ ਦੱਸਣਗੇ ਖੁਦ ਤੁਹਾਨੂੰ ਕਿਵੇਂ ਕਿੱਦਾਂ ਦੀ ਜੀ ਉਹ ਕਿਹਨੂੰ ਮਿਲੇ ਸੀ ਇਹਨਾਂ ਨੇ? ਕੋਈ ਆਪਣੇ ਗੁਰਸੇਵਾ ਸਿੰਘ ਹੈਗੇ ਨੇ ਆਪਣੇ ਪਿੰਡ ਮੋਰਾਲੀ ਤੋਂ, ਫਰੀਦਕੋਟ ਡਿਸਟ੍ਰਿਕਟ ਤੋਂ। ਹਾਂਜੀ, ਉਹਨਾਂ ਲੈ ਗਏ ਸੀ, ਇਹਨਾਂ ਕਿਹਾ ਸੀ ਕਿ ਮੈਂ ਉਹਨਾਂ ਦੇ ਨਾਲ, ਮੇਰਾ ਕਿ ਕੋਈ ਅਟੈਚਮੈਂਟ ਹੈਗੀ ਹੈ, ਪਰ ਉਹਨਾਂ ਨੇ ਇਹਨਾਂ ਨਾਲ ਦੇ ਅਟੈਚਮੈਂਟ ਤੁਹਾਨੂੰ ਨਾ ਕਰ ਦਿੱਤੀ ਇਹਨਾਂ ਦਾ। ਉੱਦਾਂ ਜਾਣਦੇ ਸੀ ਇਹਨਾਂ? ਉੱਦਾਂ ਇਹ ਇਹਨਾਂ ਦੇ ਕੋਲ ਹੀ 2005 ਦੇ ਵਿੱਚ ਰਹਿ ਕੇ ਆਏ ਸੀ, ਜੀ 2 ਸਾਲ ਦੇ ਕਰੀਬ ਇਹਨਾਂ ਦੇ ਕੋਲ। ਉਹਨਾਂ ਨੇ ਬਾਬਾ ਜੀ ਨੂੰ ਉੱਥੇ ਪਲਾਟ ਵੀ ਲਾਏ ਹੁੰਦਾ ਸੀ, ਇਹ ਦੱਸਿਆ, ਉਹ ਦੱਸਦਾ 2 ਮਰਲੇ ਦਾ ਅਤੇ ਇਹ ਦੱਸਦੇ ਆਪਣੇ 5 ਮਰਲੇ ਦਾ। ਉਹਨਾਂ ਨੇ ਅੱਜ ਇਹਨਾਂ ਇਹਨਾਂ ਨੇ ਉਹਨਾਂ ਨੂੰ 5000 ਰੁਪਈਆ ਦਿੱਤਾ ਸੀ, 10000 ਰੁਪਈਆ ਉਹਨਾਂ ਨੇ ਅੱਜ 5000 ਰੁਪਈਆ ਵਾਪਸ ਵੀ ਕਰ ਦਿੱਤਾ ਇਹਨਾਂ ਨੂੰ, ਜੋ ਇਹਨਾਂ ਦੇ ਇਹਨਾਂ ਨੇ ਪਹਿਲਾਂ ਦਿੱਤਾ ਹੋਇਆ ਸੀ। ਹਾਂਜੀ ਹਾਂਜੀ, ਪਲਾਟ ਲੈਣ ਵਾਸਤੇ ਇਹ ਕਹਿਣ ਲੱਗੇ ਸਾਡੇ ਭਰਾਵਾਂ ਦੀ ਵੰਡ ਪਈ, ਤੁਹਾਡੀ ਉਹਨਾਂ ਦੀ ਮੋਰਾਲੀ ਪਿੰਡ ਤੋਂ। ਚਲੋ ਆਪਾਂ ਉਹਨਾਂ ਦਾ ਦੇਖੋ, ਇਹ ਬਾਬਾ ਜੀ ਮੋਰਾਂ ਵਾਲੀ ਪਿੰਡ ਤੋਂ ਦੱਸਦੇ ਵੀਰ ਜੀ ਕੀ ਨਾਮ ਸਿਰ ਆਪਣੇ? ਗੁਰਸੇਵਕ ਸਿੰਘ ਜੀ ਹੈ, ਉਹ ਟੀਚਰ ਆ ਕੋਈ, ਉਹਨਾਂ ਦੇ ਕੋਲੇ ਵੀ ਅੱਜ ਗਏ ਸੀ, ਉਹਨਾਂ ਨੇ ਵੀ ਪਛਾਣਿਆ ਬਾਬਾ ਜੀ ਨੂੰ। ਬਾਬਾ ਜੀ ਉਹਨਾਂ ਕੋਲੇ 2-3 ਸਾਲ ਉਹਨਾਂ ਕੋਲੇ ਰਹੇ ਵੀ ਆ, ਆਉਂਦੇ ਜਾਂਦੇ ਰਹੇ, ਯਾਨੀ ਕਿ ਉਹ ਜਾਣਕਾਰ ਸੀਗੇ ਉਹਨਾਂ ਨੇ ਵੀ ਬਾਬਾ ਜੀ ਬਾਰੇ, ਪਰ ਪੂਰੀ ਸਾਨੂੰ ਜਾਣਕਾਰੀ ਨਹੀਂ ਦੇ ਸਕੇ ਉਹ ਵੀ ਬਾਬਾ ਜੀ ਕਿਵੇਂ ਆ। ਬਾਬਾ ਜੀ ਦਾ ਉਹਨਾਂ ਨੇ ਦੱਸਿਆ ਵੀ ਬੱਚੇ ਆ ਬਾਹਰ, ਅਤੇ ਕੋਈ ਅਮੈਰੀਕਾ ਦੇ ਵਿੱਚ ਦੱਸਦੇ ਆ ਬਾਬਾ ਜੀ ਆਪਣੇ ਬੱਚੇ, 2 ਬੇਟੇ ਆ ਜੀ, 2 ਬੇਟੇ, ਇੱਕ ਬੇਟੀ ਆ ਜੀ, ਅਤੇ ਇੱਕ ਨਿਊਜਰਸੀ ਅਮੈਰੀਕਾ ਦੇ ਵਿੱਚ ਬਾਬਾ ਜੀ ਦੱਸਦੇ ਆ ਵੀ ਉੱਥੇ ਰਹਿੰਦੇ ਆ। ਅਤੇ ਬਾਬਾ ਜੀ ਦੇ ਜਿਹੜੀ ਬੇਟੀ ਆ ਆਪਣਾ, ਇੱਕ ਬੇਟਾ ਨਿਹਾਲ ਸਿੰਘ ਵਾਲੇ ਵਿਆਹਿਆ ਹੋਇਆ ਬਾਬਾ ਜੀ ਦੱਸਦੇ ਆ, ਅਤੇ ਇੱਕ ਬਾਬਾ ਜੀ ਦਾ ਬੇਟੀ ਕੋਟੀ ਸੇਖਾਂ ਵਿਆਹੀ ਹੋਈ ਆ, ਅਤੇ ਇੱਕ ਬਾਬਾ ਜੀ ਦਾ ਜਿਹੜਾ ਬੇਟਾ ਵਾ ਉਹ ਦੱਸਦੇ ਆ ਇਹ ਆਪਣੇ ਇੱਧਰ ਪਰਾਗਪੁਰ ਵਿਆਹਿਆ ਹੋਇਆ ਜਲੰਧਰ ਡਿਸਟ੍ਰਿਕਟ ਦੇ ਵਿੱਚ, ਅਤੇ ਬਾਬਾ ਜੀ ਆਪਦਾ ਪੁਰਾਣਾ ਪਿੱਛਾ ਜਿਹੜਾ ਪਿੰਡ ਆ ਉਹ ਮਿੱਠਾਪੁਰ ਦੱਸਦੇ ਆ ਜੀ, ਜਿਹੜਾ ਮਿੱਠਾਪੁਰ ਤੋਂ ਮੁੰਡਾ ਕਬੱਡੀ ਦਾ ਵੀ ਪਲੇਅਰ ਆ ਕਾਫੀ ਮਸ਼ਹੂਰ ਮਿੱਠਾਪੁਰੀ ਆ, ਉਸ ਪਿੰਡ ਤੋਂ ਬਾਬਾ ਜੀ ਦੱਸਦੇ ਆ। ਪਰ ਇਹ 1980 ਤੋਂ ਕਹਿੰਦੇ ਅਸੀਂ ਪਿੰਡ ਛੱਡਿਆ ਹੋਇਆ, ਅਤੇ ਮੁਜ਼ੱਫਰਨਗਰ ਯੂਪੀ ਦੇ ਵਿੱਚ ਇਹਨਾਂ ਦਾ ਕੋਈ ਫਾਰਮ ਹਾਊਸ ਆ, ਉੱਥੇ ਜ਼ਮੀਨ ਦੱਸਦੇ ਆ ਵੀ ਉੱਥੇ ਜ਼ਮੀਨ 'ਤੇ ਹੀ ਰਹਿੰਦੇ ਸੀ ਪਰਿਵਾਰ ਨੂੰ ਲੈ ਕੇ, ਅਤੇ ਬੱਚੇ ਇਹਨਾਂ ਦੇ ਬਾਹਰ ਚਲੇ ਗਏ। ਅਤੇ ਕਿਹੜੇ 1997 ਦੇ ਵਿੱਚ ਬੱਚੇ ਚਲੇ ਗਏ ਬਾਹਰ ਜੀ? 1996 ਦੇ ਵਿੱਚ ਬਾਬਾ ਜੀ ਦੇ ਬੱਚੇ, ਬਾਬਾ ਜੀ ਨੇ ਉਹਨਾਂ ਦਾ ਵਿਆਹ ਕਰਕੇ ਜਾਂ ਜ਼ਮੀਨਦਾਰੀ ਕਿਉਂ ਉਹਨਾਂ ਨੂੰ ਕਹਿੰਦੇ ਦੱਸਦੇ ਆ ਬਾਹਰ ਭੇਜਤਾ, ਉਹ ਆਪਦੇ ਲਾਈਫ ਦੇ ਵਿੱਚ
ਠੀਕ ਆ ਸੈਟਲ ਆ ਪਰ ਬਾਬਾ ਜੀ ਨੂੰ ਅੱਜ ਦੇ ਟਾਈਮ ਦੇ ਵਿੱਚ ਕੋਈ ਪੁੱਛ ਨਹੀਂ ਰਿਹਾ ਕੋਈ ਰਿਸ਼ਤੇਦਾਰ ਕੋਈ ਵੀਰ ਕੋਈ ਯਾਰ ਦੋਸਤ ਕੋਈ ਵੀ ਬਾਬਾ ਜੀ ਦੀ ਹਾਲ ਚਾਲ ਨਹੀਂ ਪੁੱਛਦਾ ਇਸ ਵੀਰ ਨੂੰ ਸ਼ੁੱਕਰਵਾਰ ਨੂੰ 31 ਦਸੰਬਰ ਨੂੰ ਬਾਬਾ ਜੀ ਮਿਲੇ ਫਿਰੋਜ਼ਪੁਰ ਸਟੇਸ਼ਨ ਦੇ ਉੱਪਰ ਕੈਂਟ ਦੇ ਸਟੇਸ਼ਨ ਦੇ ਉੱਪਰ ਬਹੁਤ ਹੀ ਮਾੜੀ ਹਾਲਤ ਜੀ ਵੀਰ ਨੇ ਇਹਨਾਂ ਨੂੰ 3-4 ਦਿਨਾਂ ਤੋਂ ਇਲਾਜ ਵਗੈਰਾ ਕਰਵਾ ਰਹੇ ਸੀ ਆਪਣੇ ਘਰ ਰੱਖਿਆ ਅਤੇ ਬਾਬਾ ਜੀ ਨੂੰ ਥੋੜ੍ਹਾ ਠੀਕ ਹੋਣ 'ਤੇ ਜਦੋਂ ਦੱਸਿਆ ਕੁਛ ਗੱਲਾਂ ਤਾਂ ਉਹ ਵੈਰੀਫਾਈ ਕਰੀਆਂ ਪਰ ਕੁਛ ਵੈਰੀਫਾਈ ਨਾ ਹੋਣ ਕਰਕੇ ਜਿਵੇਂ ਅੱਜ ਦੱਸਿਆ ਤੁਹਾਨੂੰ ਵੀ ਉੱਥੇ ਫਰੀਦਕੋਟ ਵੀਰ ਨੂੰ ਇੱਕ ਨੂੰ ਮਿਲੇ ਵੀ ਆ ਉਹ ਵੀ ਇਹਨਾਂ ਬਾਰੇ ਪ੍ਰੋਪਰ ਕੋਈ ਜਾਣਕਾਰੀ ਨਹੀਂ ਦੇ ਸਕੇ ਸਾਨੂੰ ਉਹ ਘਰ ਵੀ ਨਹੀਂ ਮਿਲੇ ਬਾਹਰ ਹੀ ਮਿਲੇ ਘਰ ਤੋਂ ਇਹਨਾਂ ਨੂੰ ਅਤੇ ਉਹਨਾਂ ਨੇ ਅੱਜ 5,000 ਰੁਪਇਆ ਜ਼ਰੂਰ ਬਾਬਾ ਜੀ ਨੂੰ ਦਿੱਤਾ ਆਪਦੇ ਕੋਲੋਂ ਅਤੇ ਪਰ ਬਾਬਾ ਜੀ ਬਾਰੇ ਸਾਡੀ ਸੰਸਥਾ ਨੂੰ ਜਾਂ ਜਿਹੜੇ ਵੀਰ ਲੈ ਕੇ ਆਏ ਆ ਹਰਦੀਪ ਹੋਣੀ ਅਮਨ ਜੀ ਅਤੇ ਵੀਰ ਤਾਂ ਇਹਨਾਂ ਨੂੰ ਵੀ ਕੋਈ ਖਾਸ ਜਾਣਕਾਰੀ ਹੈ ਨਹੀਂ ਇਹਨਾਂ ਬਾਰੇ ਅਤੇ ਜੇ ਕੋਈ ਵੀਰ ਬਾਬਾ ਜੀ ਨੂੰ ਪਛਾਣਦਾ ਜਾਂ ਭੈਣ ਕੋਈ ਵੀਰ ਬਾਬਾ ਜੀ ਨੂੰ ਬਾਬਾ ਜੀ ਸਿੱਧਾ ਕਰੋ ਸਿੱਧਾ ਹੋ ਕੇ ਬੈਠ ਜਾਓ ਬਾਬਾ ਜੀ ਅਤੇ ਕੋਈ ਵੀ ਵੀਰ ਜਾਂ ਭੈਣ ਪਛਾਣਦੇ ਆ ਅਤੇ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਸਾਡਾ ਨੰਬਰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ 97-803-0-71 ਨੰਬਰ ਆ ਜੀ ਉਹਦੇ 'ਤੇ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹਾਂ ਜਿਵੇਂ ਸਾਰੇ ਵੀਰਾਂ ਭੈਣਾਂ ਨੂੰ ਪਤਾ ਵੀ ਸਾਡਾ ਛੋਟਾ ਭਰਾ ਵੀਰਿੰਦਰ ਗਰੇਵਾਲ ਜਿਹਦੀ 16 ਤਰੀਕ ਨੂੰ ਮਾਰਚ ਨੂੰ ਡੈਥ ਹੋ ਗਈ ਸੀਗੀ ਅਤੇ ਉਹ ਵੀਰ ਦਾ ਸੁਪਨਾ ਸੀ ਸਾਡੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਹੰਬੜਾ ਮਾਰਿਆ ਸੀ ਭਰਾਵਾਂ ਨੇ ਇੱਕ ਮਨੁੱਖਤਾ ਦੀ ਸੇਵਾ ਲਈ ਸੁਸਾਇਟੀ ਖੋਲ੍ਹੀ ਜਿਹਦੇ ਵਿੱਚ ਲਿਬਾਸ ਅਤੇ ਬੇਸਹਾਰਾ ਲੋਕਾਂ ਦਾ ਇਲਾਜ ਕਰਵਾਇਆ ਜਾਂਦਾ ਇੱਥੇ ਖੇਤ ਦੇ ਵਿੱਚ ਹੀ ਅਸੀਂ ਵੀਰਿੰਦਰ ਗਰੇਵਾਲ ਦੀ ਜ਼ਮੀਨ ਦੇ ਵਿੱਚ ਹੀ ਅਸੀਂ ਇੱਕ ਆਸ਼ਰਮ ਬਣਾਇਆ ਜਿੱਥੇ ਸਾਡੇ ਕੋਲ 40 ਦੇ ਕਰੀਬ ਬਜ਼ੁਰਗ ਰਹਿੰਦੇ ਆ ਪਹਿਲਾਂ ਹੀ ਇੱਕ ਬਾਬਾ ਜੀ ਸਾਡੇ ਕੋਲ ਅਜੇ ਹੋਰ ਆਏ ਆ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਸਾਡੇ ਵੀਰ ਦਾ ਸੁਪਨਾ ਪੂਰਾ ਹੋਵੇ ਬਾਬਾ ਜੀ ਆਪਣੇ ਪਰਿਵਾਰ 'ਚ ਪਹੁੰਚ ਸਕਣ ਜੀ ਅਤੇ ਇਹਨਾਂ ਦਾ ਪਰਿਵਾਰ ਜਾਂ ਕੋਈ ਵੀ ਮੈਂਬਰ ਜੇ ਪਛਾਣਦਾ ਇਹਨਾਂ ਨੂੰ ਤਾਂ ਜ਼ਰੂਰ ਸਾਡੇ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰੋ ਜੀ ਅਤੇ ਸਾਡਾ ਨੰਬਰ 97-803-0-71 ਨੰਬਰ ਆ ਜੀ ਜਿਵੇਂ ਸਾਰੇ ਵੀਰਾਂ ਭੈਣਾਂ ਨੂੰ ਪਤਾ ਵੀ ਆ ਬਾਬਾ ਜੀ ਕੋਈ ਮਾੜੇ ਪਰਿਵਾਰ ਨਾਲੋਂ ਜਾਂ ਕਿਸੇ ਉਹਦੇ ਕਹਿ ਸਕਦੇ ਹਾਂ ਵੀ ਹਾਲਾਤ ਨੂੰ ਜ਼ਿਆਦਾ ਤਰ੍ਹਾਂ ਨਹੀਂ ਹੈਗੇ ਜਾਣੂ ਇਹ ਹੁਣੇ ਹੀ ਕੁਛ ਟਾਈਮ ਤੋਂ ਹੀ ਬਾਬਾ ਜੀ ਦੇ ਹਾਲਾਤ ਮਾੜੇ ਹੋਏ ਆ ਬਾਬਾ ਜੀ ਦੇ ਕੱਪੜੇ ਰਹਿਣੀ ਬਹਿਣੀ ਦੱਸਦੀ ਆ ਬਾਬਾ ਜੀ ਚੰਗੇ ਪਰਿਵਾਰ ਨੂੰ ਬਿਲੋਂਗ ਕਰਦੇ ਆ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਵੀ ਜੇ ਬਾਬਾ ਜੀ ਨੂੰ ਪਹਿਲੀ ਸਟੇਜ 'ਤੇ ਕੋਈ ਵੀਰ ਪਛਾਣ ਲਵੇ ਜਾਂ ਹੁਣ ਬਾਬਾ ਜੀ ਦਾ ਪਰਿਵਾਰ ਮਿਲ ਜਾਵੇ ਜਾਂ ਆਪਦੇ ਕਿਸੇ ਜਾਣਕਾਰ ਦੇ ਰਾਹੀਂ ਇਹ ਬਾਬਾ ਜੀ ਦਾ ਸਾਨੂੰ ਪਤਾ ਲੱਗ ਜਾਵੇ ਵੀ ਕਿੱਥੋਂ ਆਏ ਕੀ ਗੱਲ ਆ ਕਿਉਂਕਿ ਇਹਨਾਂ ਦੀ ਸਿਹਤ ਕਾਫੀ ਖਰਾਬ ਆ ਮੈਡੀਕਲ ਹਿਸਟਰੀ ਵੀ ਸਾਨੂੰ ਇਹਨਾਂ ਦੀ ਜ਼ਿਆਦਾ ਪਤਾ ਨਹੀਂ ਬਾਬਾ ਜੀ ਦੱਸਦੇ ਇਹਨਾਂ ਦੀ ਬਾਈਪਾਸ ਸਰਜਰੀ ਵੀ ਹੋਈ ਹੋਈ ਆ ਬਾਕੀ ਕੱਲ੍ਹ ਨੂੰ ਅਸੀਂ ਹੁਣ ਅੱਜ ਹੁਣੇ ਪਹੁੰਚੇ ਨੇ ਵੀਰ ਲੈ ਕੇ ਫਿਰੋਜ਼ਪੁਰ ਤੋਂ ਕੱਲ੍ਹ ਨੂੰ ਅਸੀਂ ਐਗਜ਼ਾਮਿਨ ਕਰਾਵਾਂਗੇ ਇਹਨਾਂ ਦਾ ਸਰੀਰ ਸਾਰਾ ਜਿਹੜੇ ਹੈਗੇ ਟੈਸਟ ਵਗੈਰਾ ਕਰਵਾਉਣ ਦੀ ਕਰਾਂਗੇ ਇਲਾਜ ਜੋ ਵੀ ਇਹਨਾਂ ਦਾ ਬਣਦਾ ਕਰਵਾਵਾਂਗੇ ਜੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਤੇ ਪਰ ਜੇ ਕੋਈ ਵੀਰ ਇਹਨਾਂ ਨੂੰ ਪਛਾਣਦਾ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਬਾਬਾ ਜੀ ਆਪਣਾ ਨਾਮ ਹਰਭਜਨ ਸਿੰਘ ਗਿੱਲ ਦੱਸਦੇ ਆ ਜੀ ਪਿਤਾ ਦਾ ਨਾਮ ਪਿਆਰਾ ਸਿੰਘ ਜੀ ਹਾਂਜੀ ਪਿਤਾ ਜੀ ਦਾ ਨਾਮ ਪਿਆਰਾ ਸਿੰਘ ਜੀ ਦੱਸਦੇ ਆ ਜੀ ਅਤੇ 3 ਬੱਚੇ ਦੱਸਦੇ ਆ ਵੱਡੇ ਬੇਟੇ ਦਾ ਕੀ ਨਾਂ ਜੀ ਹਰਜਿੰਦਰ ਸਿੰਘ ਪਿੱਛੇ ਨੂੰ ਹੋ ਕੇ ਬਹਿ ਜਾਓ ਬਾਬਾ ਜੀ ਥੋੜ੍ਹਾ ਜਿਹਾ ਅੱਛਾ ਠੀਕ ਹੈ ਕੋਈ ਨਾ ਕੋਈ ਨਾ ਹਰਜਿੰਦਰ ਸਿੰਘ ਵੱਡੇ ਬੇਟੇ ਦਾ ਨਾਂ ਉਸ ਤੋਂ ਜਗਤਾਰ ਸਿੰਘ ਬੇਟੀ ਦਾ ਨਾਂ ਜੀ ਕਮਲਜੀਤ ਕੌਰ ਕਮਲਜੀਤ ਕੌਰ ਕੋਟੀ ਸਿੱਖਾਂ ਵਿਆਹੀ ਹੋਈ ਬੇਟੀ ਇਹਨਾਂ ਦੀ ਦੱਸਦੇ ਆ ਬਾਬਾ ਜੀ ਹਾਂਜੀ ਪਰ ਹਜੇ ਗੁਰੂ ਮਹਾਰਾਜ ਨੇ ਤੁਹਾਡੇ ਕਰਮਾਂ 'ਚ ਪਤਾ ਨਹੀਂ ਕੀ ਕੁਝ ਲਿਖਿਆ ਜਿਹੜਾ ਸਾਡੇ ਕੋਲ ਸਾਡੀ ਸੇਵਾ ਤੁਹਾਡੀ ਸੇਵਾ ਦੇ ਲਈ ਤੁਸੀਂ ਸਾਡੇ ਕੋਲ ਪਹੁੰਚ ਗਏ ਕੋਈ ਗੱਲ ਨਹੀਂ ਜ਼ਰੂਰ ਆਪਾਂ ਕਰਾਂਗੇ ਵਿਹਲੇ ਟਾਈਮ ਗੱਲਾਂ ਅਤੇ ਯਾਨੀ ਕਿ ਬਾਬਾ ਜੀ ਦੇ ਬਾਰੇ ਹੋਰ ਜਾਣਕਾਰੀਆਂ ਜੇ ਕੋਈ ਵੀਰ ਰੱਖਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ ਅਤੇ ਬਾਬਾ ਜੀ ਦੀ ਸਿਹਤ ਜਾਬੀ ਵਾਸਤੇ ਵੀ ਅਰਦਾਸ ਕਰੋ ਬਾਬਾ ਜੀ ਠੀਕ ਹੋ ਸਕਣ ਜੀ ਅਤੇ ਸਾਡਾ ਨੰਬਰ 97-803-0-71 ਆ ਜਿਹਦੇ 'ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਬਾਬਾ ਜੀ ਦੇ ਕੋਈ ਜਾਣਕਾਰ ਜੇ ਹੈਗੇ ਤਾਂ ਅਤੇ ਇੰਨੀ ਜਾਣਕਾਰੀ ਦੇਣੀ ਸੀਗੀ ਜੀ ਅਸੀਂ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਬਾਬਾ ਜੀ ਦੀ ਸਿਹਤ ਜਾਬੀ ਕਿੱਦਾਂ ਹੀ ਬਣੀ ਰਹੇ ਠੀਕ ਰਹਿਣ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।